सत श्री अकाल टीवी पंजाब देख रहे दर्शकों का स्वागत। मैं हाँ दीपिका खोसला, तो तुसी देख रहे हो साडा खास प्रोग्राम न्यूज़ रूम लाइव। हर रोज़ तरह खबरों उत्ते चर्चा करने लिए मेरे नाल टीवी पंजाब दे सीनियर एडिटर जसवीर हुसैन जी मौजूद ने। जसवीर जी बहुत बहुत स्वागत है प्रोग्राम दे विच तुहाडा। शुक्रिया दीपिका। जसवीर जी, प्रोग्राम की शुरुआत असी बलवंत सिंह राजवाणा तो करांगे। बलवंत सिंह राजवाणा उन्हां दी एक पोस्ट कमलदीप कौर राजवाणा जो कि उन्हां दी भैण जी ने उन्हां दे फेसबुक पेज के उत्ते सांझी की गई है। सवाल तिखे कर दिए गए ने ज्ञानी हरप्रीत सिंह हुणां नूं लैके, क्योंकि कल जिस तरह उन्होंने तो अपना स्पष्टीकरण एक तरह नाल दिता कि क्यों अहुदा छड्डिया सी। कई तरह दीआं चर्चावां छिड़ियां होईआं सन ते उसे दे जवाब दिए गए। और इहदे नाल ही जिक्र जदों दिल्ली नाल यारी दा हुंदा है, हासे ठट्ठे दे विच कह दिंदे ने यारी हैगी है ते हैगी है, ते हुण उसे मुद्दे नूं लैके सवाल कर दिता गया है कि दिल्ली नाल यारी, फिर सानूं तां पंथ दे नाल गद्दारी लगदी है, इसनूं किवें देखते हो? दीपिका जी, दो तीन चीज़ा मैनू लगता ना कि कदी कदी ना सानू बंदे नू समझण लग्या, उहदे इशारे नू समझण लग्या ना थोड़ा वक्त लगता। जिन्ना कु गौ नाल मैं सिंह साहब की उस प्रैस कॉन्फ्रेंस नू देखिया, आपां कल डिटेल दे विच चर्चा कीती कि तुहानू बॉडी लैंग्वेज भी कुछ कहिंदी नज़र आ रही सी, और जदों सिंह साहब हस के ये गल कहिंदे आ ना कि साडी तां दिल्ली नाल यारी है, ਉਹ ਗੱਲ ਮੈਨੂੰ ਲੱਗਦਾ ਕਿ ਸਮਝਣ ਵਾਲੇ ਨੂੰ ਨੁਕਤਾ ਫੜਨ ਦੇ ਵਿੱਚ ਹੋ ਸਕਦਾ ਕਿ ਕੋਈ ਹੀਲ ਹੁੱਜਤ ਹੋ ਗਈ ਹੋਵੇ, ਜਾਂ ਹੁਣ ਉਸ ਚੀਜ਼ ਨੂੰ ਕਈ ਵਾਰੀ ਇਸ਼ੂ ਵੀ ਬਣਾ ਲਿਆ ਜਾਂਦਾ ਨਾ ਗੱਲ ਨੂੰ। ਯਾਰੀ ਕਿੰਨੀ ਕੁ ਹੈ ਸਿੰਘ ਸਾਹਿਬ ਤੋਂ ਬਿਹਤਰ ਕੋਈ ਨਹੀਂ ਜਾਣਦਾ ਕਿ ਦਿੱਲੀ ਨਾਲ ਕਿੰਨੀ। ਤੁਸੀਂ ਇਕੱਲੀ ਸਿੱਖ ਦੀ ਨਾ ਗੱਲ ਕਰੋ, ਪੰਜਾਬ ਪੂਰੇ ਦੀ ਦਿੱਲੀ ਨਾਲ ਕਿੱਦਾਂ ਦੀ ਯਾਰੀ ਰਹੀ ਹੈ, ਉਹ ਸਰਕਾਰ ਭਾਵੇਂ ਕੋਈ ਹੋਵੇ, ਭਾਵੇਂ ਕਾਂਗਰਸ ਦੀ ਹੋਵੇ, ਅੱਜ ਵੀ ਦਿੱਲੀ ਦੇ ਨਾਲ ਕਿੱਦਾਂ ਦੀ ਯਾਰੀ, ਕਿਉਂਕਿ ਦਿੱਲੀ ਦਿੱਲੀ ਨਹੀਂ ਹੈ ਸਾਡੇ ਲਈ। ਦਿੱਲੀ ਨਹੀਂ ਹੈ ਸਾਡੇ ਲਈ, ਦਿੱਲੀ ਕੇਂਦਰੀ ਸੱਤਾ ਆ, ਕੇਂਦਰੀ ਸੱਤਾ ਬਨਾਮ ਸੂਬਾ। ਅਤੇ ਜਦੋਂ ਇੱਕ ਸਿੱਖ ਦਿੱਲੀ ਦੀ ਸੱਤਾ ਦੀ ਗੱਲ ਕਰਦਾ, ਤਾਂ ਸਿੱਖ ਉਸ ਸੰਦਰਭ 'ਚ ਦਿੱਲੀ ਦੀ ਸੱਤਾ ਦੀ ਗੱਲ ਕਰਦਾ ਜਦੋਂ ਮੁਗਲਾਂ ਦੇ ਵੇਲੇ ਵੀ ਉਹ ਤਖ਼ਤ ਹੋਇਆ ਕਰਦਾ ਸੀਗਾ ਦਿੱਲੀ ਦੇ ਵਿੱਚ, ਉੱਥੋਂ ਹੀ ਸਾਰਾ ਕੁਝ ਚੱਲਦਾ ਹੁੰਦਾ ਸੀਗਾ। ਉਸ ਤਖ਼ਤ ਤੱਕ ਪਹੁੰਚਣ ਲਈ, ਦਿੱਲੀ ਦੇ ਤਖ਼ਤ ਤੱਕ ਪਹੁੰਚਣ ਲਈ ਪੰਜਾਬ ਦੇ ਲੋਕਾਂ ਨੂੰ ਨਿੱਤ ਹਮਲਾਵਰਾਂ ਦੇ ਨਾਲ ਜੂਝਣਾ ਪੈਂਦਾ ਸੀਗਾ। ਇਸੇ ਕਰਕੇ ਉਦੋਂ ਪੰਜਾਬ ਦੇ ਵਿੱਚੋਂ ਇਹ ਅਖਾਣ ਨਿਕਲਦਾ ਹੈ ਕਿ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ, ਇਹ ਉੱਥੋਂ ਹੀ ਨਿਕਲਦੀਆਂ ਨੇ ਚੀਜ਼ਾਂ। ਫਿਰ ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਹੁੰਦੇ ਸੀ, ਜਦੋਂ ਉਹ ਪੰਜਾਬ ਦੇ ਵਿੱਚ ਹੋ ਕੇ ਜਾਂਦਾ ਹੁੰਦਾ ਸੀਗਾ, ਉਦੋਂ ਫਿਰ ਗੱਲ ਨਿਕਲਦੀ ਹੈ ਖਾਧਾ ਪੀਤਾ ਲਾਹੇ ਦਾ ਰਹਿੰਦਾ ਅਹਿਮਦ ਸ਼ਾਹੇ ਦਾ। ਮਤਲਬ ਉਹ ਚੀਜ਼ਾਂ ਨੂੰ ਹੰਢਾਇਆ ਆ ਪੰਜਾਬ ਨੇ। ਔਰ ਪੰਜਾਬ ਦੀ ਕਿੰਨੀ ਕੁ ਯਾਰੀ ਆ, ਕਿਸੇ ਸਿੱਖ ਦੀ ਕਿੰਨੀ ਯਾਰੀ ਹੋ ਸਕਦੀ ਦਿੱਲੀ ਨਾਲ, ਉਹ ਸਮਝਣ ਦੀ ਲੋੜ ਆ। ਕਦੀ ਕਦੀ ਨਾ ਕੁਝ ਗੱਲਾਂ ਟੇਢ ਪਾ ਕੇ ਕਹੀਆਂ ਜਾਂਦੀਆਂ, ਅਤੇ ਜਦੋਂ ਹੱਸ ਕੇ ਕਹਿੰਦੇ ਆ ਨਾ ਸਿੰਘ ਸਾਹਿਬ ਕਿ ਦਿੱਲੀ ਨਾਲ ਯਾਰੀ ਹੈ, ਉਹ ਵਿਅੰਗ ਕੱਸ ਰਿਹਾ ਸੀ ਉਹਨਾਂ ਲੋਕਾਂ ਦੇ ਉੱਤੇ ਜਿਹੜੇ ਲੋਕ ਸਿੰਘ ਸਾਹਿਬ ਨੂੰ ਇਹ ਕਹਿ ਰਹੇ ਸੀ ਤੁਸੀਂ ਦਿੱਲੀ ਦੇ ਪੱਖ 'ਚ ਭੁਗਤਦੇ ਹੋ। ਜਿਹੜੀਆਂ ਉਹਨਾਂ ਦੇ ਬਾਰੇ ਚਰਚਾਵਾਂ ਚੱਲਦੀਆਂ ਸੀ, ਇਹ ਭਾਜਪਾ ਦੇ ਬਹੁਤ ਨੇੜੇ ਚੱਲ ਗਿਆ। ਪਿਛਲੇ ਕੁਝ ਸਮੇਂ ਤੋਂ ਲਗਾਤਾਰ ਇਹ ਸਿੰਘ ਸਾਹਿਬ ਦੇ ਬਾਰੇ ਚਰਚਾ ਚੱਲਦੀ ਪਈ ਸੀਗੀ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਨੇੜਤਾ ਕੇਂਦਰੀ ਸੱਤਾ ਨਾਲ ਹੋ ਗਈ ਹੈ। ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਨੇੜਤਾ ਦਿੱਲੀ ਨਾਲ ਇਸ ਕਰਕੇ ਵੀ ਹੋ ਗਈ ਹੈ, ਰਾਘਵ ਚੱਡਾ ਹੋਰਾਂ ਦੀ ਮੰਗਣੀ 'ਚ ਗਏ ਕਿ ਦਿੱਲੀ ਦੇ ਨੇੜੇ ਹੋ ਗਏ। ਔਰ ਦਿੱਲੀ ਦੇ ਨੇੜੇ ਹੋਣਾ, ਜਿਹੜੇ ਸ਼ਬਦ ਉਹਨਾਂ ਨੇ ਲਿਖੇ ਆ ਨਾ ਕਮਲਦੀਪ ਕੌਰ ਹੋਰਾਂ ਨੇ, ਕਿ ਦਿੱਲੀ ਨਾਲ ਯਾਰੀ ਮਤਲਬ ਪੰਥ ਨਾਲ ਕੌਮ ਨਾਲ ਗੱਦਾਰੀ, ਔਰ ਇਹੀ ਮੰਨਿਆ ਜਾਂਦਾ ਔਰ ਮੰਨਿਆ ਜਾਏਗਾ ਵੀ। ਪਰ ਜੇ ਇਸ ਸੰਦਰਭ 'ਚ ਮੈਂ ਦੇਖਦਾ, ਹੋ ਸਕਦਾ ਕਿ ਮੇਰੀ ਟੇਢ ਹੋਵੇ ਕਿਤੇ, ਕਿਉਂਕਿ ਇੱਕ ਤਾਂ ਹੁੰਦੀ ਹੈ ਨਜ਼ਰ ਦੀਪਿਕਾ ਜੀ, ਅਤੇ ਦੂਜਾ ਹੁੰਦਾ ਨਜ਼ਰੀਆ। ਫਲਸਫੇ ਦੇ ਵਿੱਚ ਇੱਕ ਆਮ ਜੀ ਪ੍ਰਚਲਿਤ ਜੀ ਗੱਲ ਹੈਗੀ ਹੈ ਕਿ ਗਲਾਸ ਅੱਧਾ ਪਾਣੀ ਦਾ ਹੋਵੇ ਨਾ ਨਜ਼ਰੀਆ ਤੁਹਾਡਾ, ਤੁਹਾਡੀ ਨਜ਼ਰ ਉਸੇ ਗਲਾਸ 'ਚ ਜਾਂਦੀ ਹੈ। ਇੱਕ ਬੰਦੇ ਨੂੰ ਅੱਧਾ ਭਰਿਆ ਨਜ਼ਰ ਆਉਂਦਾ ਅਤੇ ਇੱਕ ਬੰਦੇ ਨੂੰ ਅੱਧਾ ਖਾਲੀ ਨਜ਼ਰ ਆਉਂਦਾ, ਔਰ ਦੋਨੋਂ ਹੀ ਸਹੀ ਹੈ। ਪਰ ਉਹਦੇ ਵਿੱਚ ਨਜ਼ਰੀਆ, ਜਿਹਨੂੰ ਭਰਿਆ ਨਜ਼ਰ ਆਉਂਦਾ ਆ ਉਹ ਪੋਜ਼ਿਟਿਵ ਤਰੀਕੇ ਨਾਲ ਦੇਖ ਰਿਹਾ ਹੁੰਦਾ ਉਸ ਚੀਜ਼ ਨੂੰ, ਜਿਹਨੂੰ ਅੱਧਾ ਖਾਲੀ ਨਜ਼ਰ ਆਉਂਦਾ ਕਹਿੰਦੇ ਜੀ ਇਹ ਨਕਾਰਾਤਮਕ ਤਰੀਕੇ ਨਾਲ ਦੇਖਦਾ ਪਿਆ, ਇਹਦੇ ਵਿੱਚੋਂ ਨੈਗੇਟਿਵਿਟੀ ਜਿਹੜੀ ਆ ਉਹ ਝਲਕਦੀ ਪਈ ਆ। ਅਤੇ ਮੈਨੂੰ ਲੱਗਦਾ ਕਿ ਸਿੰਘ ਸਾਹਿਬ ਨੇ ਉਹ ਟੇਢ ਮਾਰ ਕੇ ਗੱਲ ਕਹੀ ਆ, ਉਹ ਸੁਣਾਇਆ ਆ ਕਈਆਂ ਨੂੰ ਜਿਹੜੇ ਵਾਰ ਵਾਰ ਇਹ ਕਹਿੰਦੇ ਸੀਗੇ ਕਿ ਸਿੰਘ ਸਾਹਿਬ ਤਾਂ ਦਿੱਲੀ ਦੇ ਪੱਖ 'ਚ ਭੁਗਤਦੇ ਆ, ਇਹਨਾਂ ਦੀ ਤਾਂ ਨੇੜਤਾ ਬਣੀ ਹੋਈ ਆ, ਉਹਨਾਂ ਨੂੰ ਸੁਣਾਉਣ ਲਈ ਸਿੰਘ ਸਾਹਿਬ ਨੇ ਇਹ ਗੱਲ ਜਿਹੜੀ ਆ ਉਹ ਕਹੀ ਹੈ ਕਿ ਸਾਡੀ ਤਾਂ ਦਿੱਲੀ ਨਾਲ ਯਾਰੀ ਆ, ਹੈਗੀ ਆ ਤਾਂ ਮਤਲਬ ਹੈਗੀ ਹੈ, ਨਹੀਂ ਤਾਂ ਅੱਜ ਤੋਂ ਪਹਿਲਾਂ ਦੀਪਿਕਾ ਜੀ ਕਿੰਨਾ ਕੁ ਖੁੱਲ੍ਹ ਕੇ ਸਿੰਘ ਸਾਹਿਬ ਨੇ ਇਹ ਗੱਲ ਕੀਤੀ ਆ ਜੀ, ਕਿੰਨਾ ਕੁ ਇੰਨੀ ਸ਼ਿੱਦਤ ਨਾਲ। ਪਹਿਲੀ ਗੱਲ ਤਾਂ ਖੁੱਲ੍ਹ ਕੇ ਹੱਸੇ ਹੀ ਨਹੀਂ ਕਦੀ ਸਿੰਘ ਸਾਹਿਬ ਜਿੰਨਾ ਉਸ ਪ੍ਰੈਸ ਕਾਨਫਰੰਸ 'ਚ ਖੁੱਲ੍ਹ ਕੇ ਹੱਸੇ ਆ। ਜਿਸ ਤਰੀਕੇ ਨਾਲ ਉਹਨਾਂ ਨੇ ਖੁੱਲ੍ਹ ਕੇ ਗੱਲਾਂ ਕੀਤੀਆਂ ਕਿ ਹਾਂ ਦਬਾਅ ਥੱਲੇ ਸੀ, ਹੁਣ ਦਬਾਅ 'ਚੋਂ ਬਾਹਰ ਨਿਕਲਿਆ, ਮੈਂ ਸੁਰਖਰੂ ਹੋ ਗਿਆ। ਸੋ ਰਾਜਵਾਣਾ ਹੋਰਾਂ ਦੇ ਭੈਣ ਜੀ ਹੋਰਾਂ ਨੇ ਜਿਸ ਨਜ਼ਰੀਏ ਨਾਲ ਦੇਖਿਆ, ਇਹ ਉਹਨਾਂ ਦਾ ਨਜ਼ਰੀਆ, ਅਤੇ ਉਹ ਆਪਣੇ ਨਜ਼ਰੀਏ ਨਾਲ ਸਿੰਘ ਸਾਹਿਬ ਦੀ ਇਸ ਪ੍ਰਤੀਕਿਰਿਆ ਨੂੰ
ਲੈ ਰਹੇ ਨੇ, ਦਿੱਲੀ ਨਾਲ ਯਾਰੀ ਨੂੰ ਜਿਹੜਾ ਆ ਉਹ ਦੇਖ ਰਹੇ ਨੇ। ਅਤੇ ਦੀਪਿਕਾ ਜੀ, ਜਿਨ੍ਹਾਂ ਜਿਹੜੀ ਪਾਰਟੀ ਦੇ ਨਾਲ ਰਲ ਕੇ ਚੋਣ ਲੜੀ ਸੀ ਰਾਜਵਾਣਾ ਹੋਰਾਂ ਦੇ ਭੈਣ ਜੀ ਕਮਲਦੀਪ ਕੌਰ ਹੋਰਾਂ ਨੇ, ਉਹਦੀ ਦਿੱਲੀ ਨਾਲ ਸਾਂਝ ਨਹੀਂ ਰਹੀ। ਦਿੱਲੀ ਨਾਲ ਯਾਰੀ ਤਾਂ ਉਹਨਾਂ ਦੀ ਵੀ ਰਹੀ, ਇੰਨੀ ਦੇਰ ਗੱਠਜੋੜ ਰਿਹਾ ਦਿੱਲੀ ਆ ਉਹ, ਭਾਜਪਾ ਦਿੱਲੀ ਹੀ ਗਿਣੀ ਜਾਏਗੀ, ਜਦੋਂ ਕਾਂਗਰਸ ਸੱਤਾ 'ਚ ਹੋਏਗੀ ਕੇਂਦਰ ਦੀ 'ਚ ਉਹ ਦਿੱਲੀ ਮੰਨੀ ਜਾਏਗੀ। ਅਤੇ ਉਹਨਾਂ ਨਾਲ ਤਾਂ ਸਾਂਝਾ ਰਹੀਆਂ ਇੰਨੀ ਦੇਰ ਤੱਕ ਜੀ, ਤਾਂ ਫਿਰ ਉਸ ਯਾਰੀ ਨੂੰ ਕੌਮ ਨਾਲ ਗੱਦਾਰੀ ਨਹੀਂ ਮੰਨਿਆ ਜਾਏਗਾ। ਜੇ ਪੰਥਕ ਪਾਰਟੀ ਜਿਹੜੀ ਕਹਿੰਦੀ ਆ ਆਪਣੇ ਆਪ ਨੂੰ, ਉਹਨੂੰ ਤੁਸੀਂ ਕੌਮ ਨਾਲ ਗੱਦਾਰੀ ਨਹੀਂ ਮੰਨੋਗੇ, ਉਸੇ ਪਾਰਟੀ ਦੇ ਵੱਲੋਂ ਤੁਸੀਂ ਟਿਕਟ ਲੈ ਕੇ ਚੋਣ ਲੜਦੇ ਹੋ ਜੀ, ਉਹਨੂੰ ਕਿਸ ਨਜ਼ਰੀਏ ਨਾਲ ਦੇਖਿਆ ਜਾਏਗਾ। ਸੋ ਬਹੁਤ ਸਾਰੀਆਂ ਚੀਜ਼ਾਂ ਨੇ ਦੀਪਿਕਾ ਜੀ, ਮੈਨੂੰ ਲੱਗਦਾ ਕਿ ਹੁਣ ਨਾ ਪੋਲੀਟੀਕਲ ਇਸ਼ੂ, ਧਾਰਮਿਕ ਇਸ਼ੂਜ਼ ਦੇ ਨਾਲ ਇਸ ਤਰੀਕੇ ਨਾਲ ਗਹਿ ਗੱਚ ਕਰ ਦਿੱਤੇ ਗਏ ਨੇ, ਔਰ ਇੰਨੇ ਕੁ ਉਲਝਣਾਂ ਭਰਪੂਰ ਹੋ ਗਿਆ ਨਾ ਜੀ। ਤੁਸੀਂ ਕੋਈ ਹੋਰ ਸਿਰਾ ਫੜਨਾ ਆ, ਨਿਕਲਣਾ ਕੋਈ ਹੋਰ ਆ। ਤੁਸੀਂ ਸਿਆਸਤ ਦੀ ਗੱਲ ਕਰਨੀ ਆ ਤੇ ਧਰਮ ਦੇ ਉੱਤੇ ਅਟੈਕ ਲੱਗਣਾ, ਤੁਸੀਂ ਧਰਮ ਦੀ ਗੱਲ ਕਰਨੀ ਆ ਤੇ ਸਿਆਸਤ ਦੇ ਉੱਤੇ ਅਟੈਕ ਲੱਗਣਾ, ਧਰਮ ਦੀ ਗੱਲ ਕਰਨੀ ਆ ਤੇ ਇੱਦਾਂ ਲੱਗਣਾ ਤੁਸੀਂ ਸਿਆਸਤ ਦੀ ਗੱਲ ਕਰਦੇ ਪਏ ਹੋ, ਤੁਸੀਂ ਸਿਆਸਤ ਦੀ ਗੱਲ ਕਰਨੀ ਇੱਦਾਂ ਲੱਗਣਾ ਕਿ ਤੁਸੀਂ ਧਰਮ ਦੇ ਖੇਤਰ 'ਚ ਵੜਦੇ ਪਏ ਹੋ। ਸੋ ਇਹਨਾਂ ਦੋਨਾਂ ਚੀਜ਼ਾਂ ਨੂੰ ਇੰਨਾ ਕੁ ਗਹਿ ਗੱਚ ਕਰ ਦਿੱਤਾ ਗਿਆ, ਇੱਕ ਦੂਜੇ ਦੇ ਵਿੱਚ ਰਲਗੱਢ ਕਰ ਦਿੱਤਾ ਗਿਆ, ਕਿ ਹੁਣ ਦੋਨਾਂ ਨੂੰ ਵੱਖਰਿਆਂ ਕਰਕੇ ਕਿਵੇਂ ਦੇਖੋਗੇ, ਕਿੱਦਾਂ ਵੱਖਰਿਆਓਗੇ। ਕਿਉਂਕਿ ਸਿੰਘ ਸਾਹਿਬ ਦੀ ਜਦੋਂ ਗੱਲ ਹੋਏਗੀ ਤੇ ਉਹ ਧਾਰਮਿਕ ਨੁਕਤੇ ਤੋਂ ਹੋਏਗੀ, ਉੱਥੇ ਸਿਆਸਤ ਨੂੰ ਇੱਕ ਕਿਨਾਰੇ ਕਰਨਾ ਪਏਗਾ। ਤੇ ਜਦੋਂ ਫਿਰ ਅਕਾਲੀ ਦਲ ਦੀ ਗੱਲ ਕਰੋਗੇ, ਜਦੋਂ ਫਿਰ ਤੁਸੀਂ ਦਿੱਲੀ ਦੀ ਗੱਲ ਕਰੋ ਤੇ ਉੱਥੇ ਸਿਆਸਤ ਦੇ ਨਾਲ ਚੀਜ਼ਾਂ ਜੁੜਨਗੀਆਂ। ਤੇ ਇਹ ਦੋਨੋਂ ਚੀਜ਼ਾਂ ਇੱਕਮਿਕ ਕਿੱਥੇ ਹੁੰਦੀਆਂ, ਜਦੋਂ 84 ਦੇ ਵਿੱਚ ਸਿੱਖ ਨਸਲ ਕੁਸ਼ੀ ਹੁੰਦੀ ਹੈ, ਜਦੋਂ ਸਾਕਾ ਨੀਲਾ ਤਾਰਾ ਹੁੰਦਾ, ਜਦੋਂ ਪੂਰਾ ਇੱਕ ਦਹਾਕਾ ਪੰਜਾਬ ਨੂੰ ਉਹ ਦੌਰ ਹੰਢਾਉਣਾ ਪੈਂਦਾ ਜਿਹਦੇ ਵਿੱਚ ਪੁਲਿਸ ਦੇ ਜੇ ਜਵਾਨ ਮਰਦੇ ਆ ਉਹ ਪੰਜਾਬ ਦੇ ਮਰਦੇ ਆ, ਜੇ ਪੰਜਾਬ ਦੇ ਪੁੱਤ ਮਰਦੇ ਆ, ਨੌਜਵਾਨ ਮਰਦੇ ਆ, ਉਹ ਪੰਜਾਬ ਦੇ ਮਰਦੇ ਆ, ਨੁਕਸਾਨ ਪੰਜਾਬ ਦਾ, ਤਗਮੇ ਕਿਸੇ ਹੋਰ ਨੂੰ, ਉਹ ਸਾਰੀਆਂ ਚੀਜ਼ਾਂ ਜਦੋਂ ਹੋਣਗੀਆਂ ਤਾਂ ਉਹ ਫਿਰ ਧਰਮ ਵੀ ਨਾਲ ਆਏਗਾ, ਉਹ ਫਿਰ ਸਿਆਸਤ ਵੀ ਨਾਲ ਆਏਗੀ। ਪਰ ਇਸ ਵੇਲੇ ਦੀਆਂ ਸਥਿਤੀਆਂ ਇਹ ਹੈ ਕਿ ਮੈਨੂੰ ਲੱਗਦਾ ਕਿ ਜੋ ਮੇਰਾ ਇਹ ਨਿੱਜੀ ਵੀ ਹੋ ਸਕਦਾ ਕਿ ਮੈਨੂੰ ਇਕੱਲੇ ਨੂੰ ਇਹ ਚੀਜ਼ਾਂ ਲੱਗਦੀਆਂ ਹੋਣ ਕਿ ਸਿੰਘ ਸਾਹਿਬ ਨੇ ਟੇਢ ਮਾਰ ਕੇ ਗੱਲ ਕੀਤੀ ਸੀਗੀ। ਵਿਅੰਗ ਹਰ ਕਿਸੇ ਦੇ ਸਮਝਣ ਦੇ ਵੱਸ ਦੀ ਗੱਲ ਨਹੀਂ ਹੁੰਦੀ, ਵਿਅੰਗ ਕੀਤਾ ਸੀ ਸਿੰਘ ਸਾਹਿਬ ਨੇ, ਸ਼ਾਇਦ ਉਸ ਵਿਅੰਗ ਨੂੰ ਵਿਅੰਗ ਦੇ ਤੌਰ 'ਤੇ ਨਹੀਂ ਲਿਆ ਗਿਆ, ਉਸ ਵਿਅੰਗ ਨੂੰ ਉਹ ਜਿਹੜਾ ਮਿੱਥ ਕੇ ਕੀਤਾ ਜਾ ਰਿਹਾ ਕਿ ਸਿੰਘ ਸਾਹਿਬ ਦੇ ਉੱਤੇ ਇਹ ਥੋਪਣਾ ਆ ਕਿ ਉਹ ਦਿੱਲੀ ਦੇ ਨੇੜੇ ਆ, ਉਹਨੂੰ ਉਸੇ ਤਰੀਕੇ ਨਾਲ ਦੇਖਿਆ ਗਿਆ ਜੋ ਪਹਿਲੇ ਤੋਂ ਚਰਚਾ ਚੱਲਦੀ ਆ ਰਹੀ ਸੀ ਜੀ। ਬਿਲਕੁਲ, ਔਰ ਇੱਥੇ ਤਿੰਨ ਮੁੱਦੇ ਵੀ ਚੱਕੇ ਗਏ ਨੇ ਜਿਹਦੇ ਵਿੱਚ ਉਹ ਕਹਿ ਰਹੇ ਨੇ ਕਿ 400ਵਾਂ ਪ੍ਰਕਾਸ਼ ਪੁਰਬ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਮਨਾਇਆ ਗਿਆ, ਦਿੱਲੀ ਦੇ ਵਿੱਚ ਲਾਲ ਕਿਲ੍ਹੇ ਦੇ ਵਿੱਚ ਧਾਰਮਿਕ ਸਮਾਗਮ ਕਰਵਾਇਆ ਗਿਆ, ਤੁਸੀਂ ਉਹਦਾ ਤਾਂ ਬਾਈਕਾਟ ਕਰ ਦਿੰਦੇ ਹੋ, ਪਰ ਰਾਘਵ ਚੱਡਾ ਦੀ ਮੰਗਣੀ ਦੇ ਵਿੱਚ ਤੁਸੀਂ ਪਹੁੰਚ ਜਾਂਦੇ ਹੋ। ਫਿਰ ਵਿਰਸਾ ਸਿੰਘ ਵਲਟੋਹਾ ਨੇ ਜੋ ਚਰਨਜੀਤ ਸਿੰਘ ਚੰਨੀ ਹੁਣਾਂ ਦੇ ਬੇਟੇ ਦੇ ਵਿਆਹ ਦੀ ਗੱਲ ਕੀਤੀ ਸੀ, ਉਹ ਵੀ ਮੁੱਦਾ ਇੱਥੇ ਰੱਖਿਆ ਗਿਆ ਕਿ ਤੁਸੀਂ ਪਤਿਤ ਸਿੱਖ ਦੇ ਪੁੱਤਰ ਦੇ ਵਿਆਹ 'ਚ ਜਾ ਕੇ ਅਰਦਾਸ ਕਰ ਦਿੰਦੇ ਹੋ। ਨਾਲ ਦੇ ਨਾਲ ਜੋ ਡੇਰਾ ਮੁਖੀ ਨੂੰ ਵਾਰ ਵਾਰ ਉਹ ਕਹਿ ਰਹੇ ਨੇ ਕਿ ਪੈਰੋਲ ਮਿਲੀ, ਉਸ ਪੈਰੋਲ ਦਾ ਤੁਸੀਂ ਵਿਰੋਧ ਕਿਉਂ ਨਹੀਂ ਕੀਤਾ, ਕਿਉਂਕਿ ਹੁਕਮਨਾਮਾ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੀ ਜਾਰੀ ਹੋਇਆ ਸੀ, ਉਹਦੇ ਬਾਵਜੂਦ ਤੁਸੀਂ ਕੋਈ ਵਿਰੋਧ, ਕੋਈ ਐਕਸ਼ਨ ਨਹੀਂ ਕੀਤਾ ਉੱਤੇ। ਦੀਪਿਕਾ ਜੀ, ਬਹੁਤ ਸਾਰੀਆਂ ਚੀਜ਼ਾਂ ਨੇ, ਮੈਂ ਕਹਿ ਰਿਹਾ ਨਾ ਕਿ ਜਦੋਂ ਸਿਆਸਤ ਅਤੇ ਧਰਮ ਇਸ ਵੇਲੇ ਇਸ ਤਰੀਕੇ ਨਾਲ ਇੱਦਾਂ ਕੁੰਡੀ ਪਈ ਹੋਈ ਹੈ ਇਹਨਾਂ ਦੀ, ਔਰ ਇਹਦੇ ਵਿੱਚੋਂ ਜਦੋਂ ਤੁਸੀਂ ਧਰਮ ਦੇ ਨੁਕਤੇ ਤੋਂ ਗੱਲਾਂ ਨੂੰ ਇਹਨਾਂ ਨੂੰ ਦੇਖੋਗੇ ਤੁਹਾਨੂੰ ਕੁਝ ਹੋਰ ਨਜ਼ਰ ਆਏਗਾ, ਜਦੋਂ ਸਿਆਸਤ ਦੇ ਨਜ਼ਰੀਏ ਨਾਲ ਦੇਖੋਗੇ ਤੁਹਾਨੂੰ ਕੁਝ ਹੋਰ ਨਜ਼ਰ ਆਏਗਾ। ਜੇ ਮੈਂ ਮੇਰੇ ਜਿੰਨਾ ਕੁ ਮੇਰੇ ਧਿਆਨ 'ਚ ਆ ਕਿ ਉਹ ਜਿਹੜਾ ਸਮਾਗਮ ਦਿੱਲੀ ਦੇ ਵਿੱਚ ਹੋਇਆ ਸੀਗਾ, ਜਿੰਨਾ ਕੁ ਮੇਰੇ ਧਿਆਨ 'ਚ ਆ, ਜੇ ਮੈਂ ਗਲਤ ਹੋਵਾਂ ਤਾਂ ਮੈਨੂੰ ਦਰਸ਼ਕ ਦੁਰਸਤ ਕਰ ਸਕਦੇ ਆ, ਉਹ ਕਿਸਾਨ ਅੰਦੋਲਨ ਦੇ ਨੇੜੇ ਤੇੜੇ ਦੀ ਗੱਲ ਹੈ, ਔਰ ਉਸ ਦੌਰ ਦੇ ਵਿੱਚ ਦਿੱਲੀ ਨਾਲ ਤਾਂ ਆਡਾ ਸੀਗਾ, ਅਤੇ ਉਹਦੇ ਵਿੱਚ ਉਹ ਕਿਸਾਨੀ ਦੇ ਨਾਲ ਆਪਣੇ ਆਪ ਨੂੰ ਇੱਕਮਿੱਕ ਸਾਬਤ ਕਰਨ ਲਈ ਹੋ ਸਕਦਾ ਕਿ ਉਹ ਫੈਸਲਾ ਉਸ ਕਰਕੇ ਲਿਆ ਹੋਵੇ ਕਿ ਆਪਾਂ ਉੱਥੇ ਨਹੀਂ ਜਾਣਾ, ਉਹ ਚੀਜ਼ਾਂ ਉਸ ਤਰੀਕੇ ਨਾਲ ਦੇਖੀਆਂ ਜਾ ਰਹੀਆਂ ਹੋਣ। ਫਿਰ ਇਹਦੇ ਤੋਂ ਇਲਾਵਾ ਜਦੋਂ ਪੈਰੋਲ ਦੀਆਂ ਗੱਲਾਂ ਚੱਲਦੀਆਂ ਦੀਪਿਕਾ ਜੀ, ਕੀ ਇਤਰਾਜ਼ ਨਹੀਂ ਜਿਤਾਇਆ ਗਿਆ ਪੈਰੋਲ ਦਾ, ਸਿੰਘ ਸਾਹਿਬ ਨੇ ਇਤਰਾਜ਼ ਕਿਸ ਤਰੀਕੇ ਨਾਲ ਜਿਤਾਉਣਾ ਹੁੰਦਾ, ਬਿਆਨ ਦੇ ਕੇ ਜਿਤਾਉਣਾ ਹੁੰਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਨੂੰਨੀ ਚਾਰਾਜੋਈ ਕਰਨੀ ਹੁੰਦੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਦਾਲਤ ਦੇ ਵਿੱਚ ਜਾਂਦੀ ਹੈ ਇਸ ਗੱਲ ਨੂੰ ਲੈ ਕੇ ਕਿ ਵਾਰ ਵਾਰ ਪੈਰੋਲ ਕਿਉਂ ਦਿੱਤੀ ਜਾ ਰਹੀ ਹੈ, ਤੇ ਸਿੰਘ ਸਾਹਿਬ ਦੇ ਇਤਰਾਜ਼ ਹੁਣ ਇੱਥੇ ਇਤਰਾਜ਼ ਹੈਗੇ ਦੀਪਿਕਾ ਜੀ। ਪਹਿਲਾ ਇਤਰਾਜ਼ ਕੋਈ ਨਹੀਂ ਉੱਠਦਾ ਕਿ ਉਹ ਡੇਰਾ ਸਾਧ ਨੂੰ ਜਦੋਂ ਮਾਫੀ ਦੇਣ ਲਈ ਸਿੰਘ ਸਾਹਿਬਾਨ ਨੂੰ ਇਕੱਠੇ ਕੀਤਾ ਗਿਆ ਸੀ, ਜਿਹਦੀ ਚਰਚਾ ਚੱਲਦੀ ਸੀਗੀ, ਕਮਲਦੀਪ ਕੌਰ ਹੋਰਾਂ ਨੇ ਉਹਦੇ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਕਿ ਤੁਸੀਂ ਉਹ ਉਸੇ ਨਕਸ਼ੇ ਕਦਮ 'ਤੇ, ਜਾਂ ਇਹ ਕਹਿ ਦਿੰਦੇ ਕਿ ਉਹਨਾਂ ਦੇ ਨਕਸ਼ੇ ਕਦਮ 'ਤੇ ਚੱਲ ਰਹੇ ਹੋ, ਤਾਂ ਲੱਗਦਾ ਕਿ ਹਾਂ ਸਿਹਤ ਨੇ ਕੌਮ ਦੀ ਗੱਲ ਕਰਦੇ ਆ, ਸਿੱਖੀ ਦੀ ਗੱਲ ਕਰਦੇ ਆ, ਪਰ ਉਹ ਪਿਛਲਾ ਕੋਈ ਜ਼ਿਕਰ ਨਹੀਂ ਇਹਦੇ ਵਿੱਚ ਕਿ ਹੁਣ ਬਿਆਨ ਨਹੀਂ ਦਿੱਤਾ ਤਾਂ ਸਿੰਘ ਸਾਹਿਬ ਦੇ ਉੱਤੇ ਕਿੰਤੂ, ਅਤੇ ਪਿਛਲੇ ਮਾਫੀਆਂ ਦੇ ਦਿੰਦੇ ਆ
तो कोई किंतु परंतु नहीं, ये मायने की है। या इत्थे हुण यह चीज़ भी देख लईए कि क्योंकि सिंह साहब के तमाम बयान अकाली दल ते भारी पै रहे से जी, चाहे वह अकाली दल दे किसे समय किसानां ते मजदूरां दी पार्टी होना ते हुण सरमाएदारां दी पार्टी का कहना, चाहे वह सुखबीर बादल होरां दी मौजूदगी दे विच इह कहना कि कुर्सियां दे मगर ना दौड़ो पंथ की गल करो, ये कहना कि अज अकाली दल दे विच इदां दा कोई बंदा नहीं जिहड़ा सिख फलसफे ते गल कर सके, इदां दा कोई अकाली दल दे नहीं बचा, चाहे ये गल कहनी कि इस समय जिहड़ियां स्थितियां आ ओ इहो जिहियां हो गईआं ने कि अकाली दल पंथ ते गुरद्वारा जिहड़ा पहले एजेंडे ते हुंदा सी अकाली दल दे अज तों 50 साल पहलां उहनूं विसार चुका है, वो दूजे दर्जे तीजे दर्जे ते पता नहीं कित्थे जाए, ये सारियां चीज़ां किहदे खिलाफ़ भुगतदियां सीगियां, सिंह साहब ने अकाली दल दे खिलाफ़ ही वह चीज़ां नूं देखा गया जी। फिर ये तो अलावा एक चर्चा चली कि सिंह साहब दे कोल गुपचुप तरीके नाल अकाली दल दे कुछ लीडर जाते, एक वफा जाता जी माफिया मूफिया का करवा दिओ, सिंह साहब कहिंदे नहीं निठ के आओ मैदान च, अस्तीफा दे के आओ, दसो लोगों को कि गलती की माफ़ी मंगवा रहे, यह अंदर की गल सी जिहड़ी निकल के बाहर आई तो सिंह साहब ने मना कर दिता, या फिर वो चीज़ा घुम घुमा के इतने हुण सिंह साहब ने क्योंकि श्री अकाल तख्त साहब की अहदेदारी तो किनारे हो गया, वह जो वो श्री अकाल तख्त साहब के जथेदार से उदों उन्होंने उत्ते उंगल चुकनी औखी सी, ठीक नहीं लगता सीगा, वह अहदे की मर्यादा ध्यान च रखना सी, हुण वह तख्त श्री दमदमा साहब के जथेदार आ, हुण उंगल चुकी जा सकती है, तो हुण वह सारिया चीज़ा इतने लिया के कट्ठिया की जा रही, पर मैनू लगता बड़े सारे सुनेहे जिहड़े आ उह सिंह साहब ने उदण ही देते प्रैस कॉन्फ्रेंस कि आ भी होया और किन्ने सारे सुनेहे देने चाहते सीगे पर दिते नहीं गए, क्यों? क्योंकि वह कहिंदे रहे मैनू पुछो प्रैस कॉन्फ्रेंस, होर तो नहीं कुछ पुछना, होर तो नहीं कुछ पुछना, रह तो नहीं गया, वह मैनू लगता कि आही चीज़ा तो पुछण लई कहिंदे सीगे भाई पुछ लो कि कोई माफ़ी मूफ़ी वाला भी गल हुई सी, पुछ लो कि तुहाडे ते दबाव भी किसे तरीके नाल पिया सीगा, पुछ लो मैनू कि ये अहदा छड्या आ ते क्यों छड्या, दबा किहदा सी, कोई पोलिटिकल दबा आया सी जां काम दा बोझ सीगा, वो चीज़ां तमाम वो कहिंदे सीगे, पर चलो जिन्ना होया उहनां उहदे विच सिंह साहब ने बड़ियां चीज़ां सामने रख दित्तियां, ते हुण इस मामले नूं आपो अपने नज़रिए नाल देखिया जा रहा, हुण इधरले पासे ते इन्हां दा तां इतराज़ तुसीं इस नज़रिए नाल कह सकदे हो कि भाई सिंह साहब ने दिल्ली नाल यारी कहती है, तो नहीं असी दिल्ली नाल यारी नहीं रख सकते क्योंकि सत्ता नाल तां असी टकराउने आ, सत्ता ने तां साडे गुरधाम दे उत्ते हल्ला बोलिया, सत्ता ने तां सिखां दी नसलकुशी करवाई, उस समय सत्ता किहदी सीगी, जिहदी भी सीगी, सो उह चीज़ां दा करके तुसीं नहीं भुगत सकते। तो विरसा सिंह वलटोहा की कहिंदे आ, उह कहिंदे जी सिंह साहब कीर्तनिया होवे, रागी होवे, विद्वान होवे, पाठी होवे, इह जरूरी थोड़ी दलेर होना चाहिए, तो फिर सिंह साहब ने तो उन्होंने भी जवाब देता सीगा उदण कि बना दिओ श्री अकाल तख्त साहब के जथेदार दलेर बहुत ने विरसा सिंह वलटोहा जी, मतलब खुल के उन्होंने गल रख दी है, तो यह मामला अजे होर दीपिका जी अगे जाना, एक कमलदीप कौर होर ने गल रखी है, हुण इस कमलदीप कौर होर की गलू केड़ियां सिख जथेबंदियां किस तरीके अगे बधाउंदियां ने, किन्ना क अगे बधाउंदियां ने, तो सिंह साहब जे ये उत्ते चाहुंदे आ कोई स्पष्टीकरण देना तो की देंदे आ, इह हुण देखदे आ जी। बिल्कुल, तो तमाम मुद्दों उत्ते चर्चा अगे भी जारी रखांगे, फिलहाल समा हो गया एक ब्रेक का, मिलते हैं ब्रेक तो बाद। ब्रेक तो बाद तुहाडा स्वागत है, तो जसवीर जी गल करांगे पटना दी, क्योंकि 15 विरोधी धिरां इकट्ठियां हुई ने, 18 का जिक्र चल रहा है, 15 ही पहुँचिया ने, और एक पासे मंथन चल रहा है, महामंथन किया जा रहा है इस मीटिंग नूं, तो दूसरे ही पासे भाजपा तंज भी कस रही है, अमित शाह उन्हां दा बयान सामने आया है, अमित शाह कह रहे हैं कि फोटो सैशन चल रहा है पटना दे विच, और निकलना इहदे विचों कुछ भी नहीं है, नाल दे नाल उन्होंने यह भी दावा कर दिता कि 2024 दे विच भाजपा 302 वध वोटां दे नाल जित हासिल करेगी। वैसे एक गल जरूर हुई है कि अज की मीटिंग तो बाद जो अमित शाह का बयान आ रहा कि 300 तो वध सीटा ना जितांगे, यह भाजपा ने थोड़ा जिहा अपने आप नूं हेठा लिया, क्योंकि अज तो कुछ समा पहला कुछ महीने पहला दावा 400 सीटा का सी, हुण 300 सीटा ते आके टिक गया, मतलब 100 सीटा तो आप ही घटा लिया ने, तो हालात यह भी दसे जा रहे हैं कि 300 सीटा कल्ली भाजपा नूं मिलदियां नज़र नहीं आ रही, तो जे ये विरोधी धिरां सच्चियों कट्ठियां हो गई एकजुट होकर लड़िया
तो उन्होंने हालातों के सत्ता च दोबारा आएगी भाजपा, यदि गरंटी कोई नहीं है। ये गल भारतीय जनता पी पार्टी भी जानती है, वरना कोई लोड़ ही नहीं सी अमित शाह इन्हों के उत्ते टिप्पणी करन दी, करी जाण दिओ मीटिंगां जिन्नियां करदे आ, की फर्क पैंदा। जे कमजोर होवे दुश्मन, जे इकट्ठा हो भी रहा है एक दो चार बंदे, इन्हां नूं लगदा कि कोई खतरा नहीं, फिर टिप्पणी करन दी किन्नी लोड़। इन्हां नूं तां सगों कहना चाहिए कि सानूं मजबूत विरोधी धिर चाहीदी है जिहड़ी साडे नाल लड़े, सानूं अपनी ताकत होर वधाउण दा मौका मिले, यह चीज़ां होनियां चाहीदियां। तो हुण टिप्पणियां जिहड़ियां कीतियां जा रहियां, इहदा मतलब कितें ना कितें मन दे अंदर है कि जे ये गठजोड़ हो गया, इकट्ठे हो गए, तो फिर साडे लई मुश्किल पैदा हो सकती है। हुण एक चीज़ होर, स्मृति ईरानी की कहती है, स्मृति ईरानी कहती कि इस बैठक तो बाद कांग्रेस ने यह मान लिया कि कल्ले नहीं हरा सकते सी भाजपा नूं, असीं इकट्ठे होके ही हरा सकते हैं। तो स्मृति ईरानी होरां नूं भी दसना बनता कि बिहार च तुसीं कल्ले लड़न दीआं तैयारियां करदे पए हो, क्यों तुसीं जीतन राम मांझी होरां नूं नाल लिया, भाजपा नूं कल्ले लड़ो। जे तुसीं इह कहिंदे हो कि इह इकट्ठे हो रहे आ तां इहदा मतलब कांग्रेस हार मन गई है, कल्ले नहीं लड़ सकदी, बिहार च तुसीं वी तां उदां दी तैयारी करदे पए, जीतन राम मांझी दे नाल, चिराग पासवान दे नाल गठजोड़ करदे पए हो, दो तीन होर छोटियां छोटियां पार्टियां, एक एक दो दो सीटां वालियां, तुसीं उहनां नाल गठजोड़ करदे पए हो, रल के लड़न की कोशिश कर रहे हो ना। तो एनडीए दे विच कल्ली भाजपा तां है नहीं, एनडीए दे विच होर बहुत सारे दल हैगे आ। सो वो चीज़ां कीतियां जा रहियां ने, पर जे आपां गल कर लईए मीटिंग दी, सारा कुछ जिहदे उत्ते दारोमदार टिकिया होया, हुण सवाल यह रहेगा कि अज दी मीटिंग चों निकलदा की, इस वेले चलदी पई आ मीटिंग, और उस मीटिंग दे विच खबर हुणे मैं देख रहा सीगा प्रोग्राम तो पहला कि ममता बैनर्जी कह रही है कि सानू वो सारियां चीज़ां कि साडे अपने निजी इख्तलाफ की है, साडियां निजी लोड़ां की, उन्हां सारियां नूं एक पासे रखना पएगा, रल के सानू चोण लड़नी पएगी, एक दूजे की मदद करनी पएगी, तां चीज़ां होणगियां, नहीं तां आपां अगे नहीं वध पावांगे, जे कल्ले कल्ले ने अपनियां अपनियां चीज़ां देखियां। तो मैनूं लगदा कि यह हो सकदा उन्हां दा सुनेहा अरविंद केजरीवाल लई भी होवे, क्योंकि केजरीवाल ने मीटिंग तो पहले ही कहता जी ऑर्डिनेंस वाला मुद्दा विचारो, भी मतलब तुसीं गठजोड़ लई जा रहे हो जां ऑर्डिनेंस वाली गल, ऑर्डिनेंस लई तां तुसीं कल्ले कल्ले नूं मिल लिया, हुण अरविंद केजरीवाल कहिंदे पहलां ऑर्डिनेंस दा मुद्दा विचारो, ममता बैनर्जी उठ के कह देवे जी पहलां तुसीं गवर्नर नूं हटाउण वाला मुद्दा विचारो, उत्तों स्टालिन हुणे उठ के आण के कहण जी साडे इत्थे मंत्री ते छापा पिया, साडे मंत्री नूं गिरफ्तार कीता जिहदे छाती च दर्द होण लग पिया सीगा, भी उहनूं चक के लगाए ईडी वाले, पहलां उस मुद्दे नूं विचारो। मतलब गठजोड़ कादा कर रहे हो तुसीं, उहनूं किद्दां विचारोगे, की ताकत है तुहाडे कोल, किस तरीके नाल करोगे, सिर्फ इही है ना वोट पाओगे। कांग्रेस ने लगभग बाई डिफॉल्ट उहदे लई इह समस्या है कि उह विरोध नहीं कर सकदी, चाह के भी आम आदमी पार्टी के पक्ष उन्हां नूं खड़ना पैगा जिद्दण वह ऑर्डिनेंस आएगा राज्यसभा दे विच, नहीं कर पाउणगे विरोध, भावें मिथ के कहण, जदों विरोध करनगे लोकतंत्र की विरोधी मनी जाएगी कांग्रेस, बाई डिफॉल्ट करने करन, तो फिर अगे धमकियां देने की लोड़ है या चुनौतियां देने की लोड़ है, जे इदा नहीं किया तो असं इदा कर देंगे उदा कर देंगे। पर बावजूद ये दीपिका जी इस समय उत्थे मीटिंग चलती पई है, आर जे डी के आगू बैठे ने उत्थे, ममता बैनर्जी आई हुई है, स्टालिन आए हुए, खब्बे पक्षी पार्टियां के लीडर आए हुए, अखिलेश यादव आए हुए, मतलब झारखंड मुक्ति मोर्चा के हेमंत सोरेन उत्थे आए हुए, तकरीबन बहुतियां विरोधी पार्टियां के लीडर एक मंच से मौजूद है, और सहमति इस गल से भी बनती पई है कि जे यूपीए जां कोई गठजोड़ इदा का बनता है ना नवा, यूपीए थ्री की कपिल सिब्बल ने गल की कि उधरले पासे नूं राह तुरदी पई, जे कोई इदा का गठजोड़ बनता तो वह उहदे लई जिहड़ा कोआर्डीनेटर या उहदा करता धरता नतीश कुमार नूं चुण लिया जाए, कुछ इदां दीआं चर्चावां चलदीआं पईआं ने। और नतीश कुमार एक समय पहलां भी 2019 दे नेड़े भी उहदा जिहड़ा उह चर्चा चलदा सी कि विरोधी धिरां नूं अपना आगू बना रहीआं ने, प्रधानमंत्री कैंडीडेट होएगा, पर वह एक उल्ट फेर चलिया, उस उल्ट फेर दे विच लालू प्रसाद यादव की पार्टी नूं छड्ड के भाजपा नाल आ गया नतीश कुमार होरीं, वह फेस इदां ही हो गया, खत्म ही हो गया। हुण नतीश कुमार नूं इह लगन लग पिया भी मैनूं भी खत्म करन दी कोशिश च लगी हुई है भाजपा, मेरी पार्टी भी तोड़ रही है, तो फिर नतीश कुमार ने फिर छाल मारी तो फिर इधरले पासे आ गया। हुण कोआर्डीनेटर बनाउण दी गल कीती जा रही है, देखदे हां कि इस मीटिंग दे विच कोई इदां दा हल, कोई इदां दी गल निकल के बाहर आउंदी है जां नहीं आउंदी, इह धिरां इकजुट हो पाउंदियां ने जां नहीं हो पाउंदियां। इन्हां धिरां दी इक समस्या इह वी है दीपिका जी कि कट्ठियां तां होण दी गल करदियां पईआं ने, पर इन्हां सारिआं दी अपनी अपनी पॉलिटिक्स भी एक दूजे नाल है, पंजाब दे विच भारतीय जनता पार्टी है ही नहीं उस तरीके नाल, दो सीटां लोक सभा दीआं आउंदियां ते दो ही इस समय विधानसभा दीआं, किन्नी किन्नी कु है भारतीय जनता पार्टी, ते किहदे नाल लड़ाई हुंदी है, कांग्रेस दी
आम आदमी पार्टी, अकाली दल की जिहड़ी स्थिति है सो है, इन्हां दी आपस टकराव हुंदा, हुण दोनों गठजोड़ कर लैणगे ते पंजाब दी पॉलिटिक्स किद्दां चलेगी। मतलब इन्हां दी दिक्कत आ भी हैगी आ, कल्ला लोक सभा की चोण लई करदे आ या अगे भी कुछ इदां दा देखा जाता है, यह हुण निर्भर करदा की कुछ अज दी मीटिंग चों निकल के आउंदा। जी बिल्कुल, तमाम मुद्दों उत्ते चर्चा अगे भी जारी रखांगे। फिलहाल समा हो गया एक ब्रेक दा, मिलदे आ ब्रेक तो बाद। ब्रेक तो बाद तुहाडा स्वागत है। तो जसवीर जी, गल करांगे जो पेंशनर नूं लैके उहदे विच 200 रुपए की कटौती का मामला हुण सामने आया है। सीएम मान दे वल्लों फैसला लिया गया और इस उत्ते सियासत गरमाई है। कांग्रेस हल्ला बोल रही है, निंदा की गई प्रताप सिंह बाजवा दे वल्लों, अमरिंदर सिंह राजा वड़िंग दे वल्लों, पर तिखा निशाना नवजोत सिंह सिद्धू ने जो है वह साध्या, कह रहे हैं भीख का कटोरा बाहर आ गया। इसनों किवें देखते हो? खाली खजाने का कल करके ना मनप्रीत बादल नूं बड़ा घेरिया जांदा सीगा, भगवंत मान हुरी ही घेरिया करदे सीगे, तो इतों तक कह दें भगवंत मान होरी कि जे खाली है तो फिर इनू खजाना का तो कहने, फिर पीपा कहो इनू। खजाना तो वह होंगे जिते सारा कुछ पिया हो, भरया हो, जे खाली है तो फिर खजाना का तो आल भगवंत मान होरी कहेंगे। हूँ जो तो सत्ता च आए भगवंत मान होरी आर्थिक परेशानियों का तो उन्होंने सरकार सामना कर रही है, कोई दो राय नहीं, पर नहीं कह सकते खजाना खाली है, ये नहीं कह सकते साढ़े को कुछ है नहीं। तो नाले जिस तरीके की पॉलिटिक्स आम आदमी पार्टी की हैगी है कि तुसी बिजली भी मुफ्त देनी आ, पानी भी मुफ्त देना आ, तुसी होर चीज़ां भी करनिया ने कि हैल्थ सैक्टर दे विच आम आदमी क्लीनिक जिहड़े आ उहदे विच भी मुफ्त इलाज करना आ, वो दो तीन चीज़ां आ, वो ते 1000 रुपया भी देना है जी बीबिया के खाते च पाउणा, वो अजे कितें हाथ पैर फसदा नज़र नहीं आया कि जिथों पैसा 12,000 करोड़ रुपया कितों लैके आना। वो 1 करोड़ बीबिया हैगिया तो उस साल का 12,000 करोड़ रुपया तुहानू आना आ, वो कित्थों करोगे तुसी खात्यां च किवें पाओगे। सो इस करके वो चीज़ अजे बाकी पई आ, ते जे उहनू चलाउणा ते फिर पैसे तो करने पैणे आ। कमाई उन्नी नहीं है पंजाब की जिन्नी तवक्को आम आदमी पार्टी ने शायद रखी सी। अरविंद केजरीवाल भुलेखे च सी, उन्हां नूं लगा दिल्ली वाला ही काम, इत्थे दिल्ली सरप्लस बजट च चलदा, पंजाब कर्जे दे बोझ हेठ आया। तो उस सब तो बाद हुण हालात यह है कि खर्चा चलाने लई कदी बिजली के भाव वधाए जाते, कदी पेट्रोल के दो दो बारी भाव वधाए जाते आ। आ हुण जिहड़े पेंशनर ने उन्हां दी पेंशन दे विच महीने का 200 रुपया तो साल का 2400 रुपया कटौती करन दी गल कर लई, तो उस चीज़ में लैके फिर विरोधी तरह घेर रही हैं, कहिंदे तुसीं तां कहिंदे सी कि साडा 55,000 करोड़ रुपया उदां ही आ जाणा आ जिद्दां ही असीं सत्ता च आए, कित्थे गया उह तुहाडा उह। तो सिद्धू होरां कहिंदे कि कटोरा तुहाडा बाहर आ गया, आ जो टैक्स ला रहे हो ना, एक कटोरा तुहाडा बाहर आ गया, इहदे तों पता लग जांदा कि इस वेले तुहाडी सरकार दे विच आर्थिकता की हालत की है जी। और इहदे च कोई शक नहीं है दीपिका जी, टैक्स सरकारां उदों लाउंदियां जदों सरकारां दे अपने बाजे वजणे शुरू हो जाण, ते लोकां नूं भी देखणा पैगा जिहड़ी मुफ्त मुफ्त दे करके ना ये करदे कि आह वी मुफ्त देता, उह वी मुफ्त देता, ये मुफ्त मैं उदों भी कहिंदा सी मुफ्त महंगा पैंदा जी, तुहानू पेट्रोल दे उत्ते भी जेब हल्की करनी पएगी, डीजल ते भी हल्की करनी पएगी, बिजली जिहड़े खरीददे आ उहनां नूं भी अपनी जेब हल्की करनी पएगी, ते हुण पेंशनर जिहड़े आ उहनां नूं इधरों भी कटौती करवानी पएगी। और 200 रुपया जिहड़े तनखाह लै रहे आ दीपिका जी, 2.5 लाख तों वध जिहनां दी साल दी आमदन हैगी आ, 200 रुपया उहनां दी तनखाह चों भी कटदा, भावें प्राइवेट है ते भावें सरकारी है, डिवेलपमेंट टैक्स दे रूप च उह वी सरकार दे खाते च जांदा, उह मनप्रीत बादल दे दौर दा शुरू होया। ते फिलहाल हुण इस टैक्स के मामले च मान सरकार सफाई की दिंदी है, देखते हैं जी। बिल्कुल, तो तमाम मुद्दों उत्ते विस्तार पूर्वक चर्चा लई बहुत बहुत शुक्रिया जसवीर जी। शुक्रिया जी। न्यूज़ रूम लाइव देख रहे दर्शकों का भी धन्यवाद। देश विदेश की ताज़ा जानकारी लई देखते रहो टीवी पंजाब।